ਸ਼ੋਰ ਦੇ ਧੀ ਦੇ ਇੱਜ਼ਤ ਤੇ ਸਲਵਾਤ ਬੁਲੰਦ ਆਵਾਜ਼ ਨਾਲ ਪੜਾਉਣਾ ਸੱਲੇ ਅਲਾ ਮੁਹੰਮਦ ਵਾ ਆਲੇ ਮੁਹੰਮਦ। ਮਜ਼ਰ ਜਵਾਨ ਸਾਦਾਤ ਗੈਰੇ ਸਾਦਾਤ ਸ਼ੀਆ ਸੁਨੀ ਜਿਤਨੇ ਵੀ ਇਮਾਮ ਹੁਸੈਨ ਅਲੈਹਿ ਸਲਾਮ ਦੇ ਬਾਰਗਾਹ ਵਿੱਚ ਤਸ਼ਰੀਫ ਫਰਮਾਓ, ਮੈਂ ਉਹਦੀ ਇੱਜ਼ਤ ਮਸਤੂਰ ਅਤੇ ਸਲਵਾਤ ਦੀ ਅਪੀਲ ਖੜਕ ਰਹਿੰਦਾ ਜੇ ਮਖਦੂਮਾਂ ਨੇ ਅੱਲਾਹ ਦੀ ਪੂਰੀ ਕਾਇਨਾਤ ਕੋ ਹੁਸੈਨ ਪਾਲ ਕੇ ਦਿੱਤਾ ਹੈ। ਜਿਹੜਾ ਬੰਦਾ ਮੇਰੀ ਮੁਆਜ਼ਮ ਹੁਸੈਨ ਦੇ ਸਜ਼ੀਮ ਇਹਸਾਨਾਤ ਦਾ ਮਕਰੂਜ਼ ਹੈ, ਉਹ ਬੰਦੇ 'ਤੇ ਵਾਜਿਬ ਨਹੀਂ ਬਲਕਿ ਅਵਜਬ ਹੈ। ਇੱਜ਼ਤ ਜਨਾਬ ਸੈਯਦਾ ਅਤੇ ਬਾਬਾ ਜ਼ੇ ਬੁਲੰਦ ਸਲਵਾਤ ਸਲੇ ਅਲਾ ਮੁਹੰਮਦ ਵਾਲ ਮੁਹੰਮਦ। ਨਾਰਾਏ ਤਕਬੀਰ, ਥੋੜ੍ਹੇ ਜਿਹਾ ਜ਼ੋਰ ਲਓ ਚਾ। ਨਾਰਾਏ ਤਕਬੀਰ, ਅੱਲਾਹੁ ਅਕਬਰ। ਨਾਰਾਏ ਰਿਸਾਲਤ, ਯਾ ਰਸੂਲ ਅੱਲਾ। ਨਾਰਾਏ ਰਿਸਾਲਤ, ਯਾ ਰਸੂਲ ਅੱਲਾ। ਨਾਰਾਏ ਹੈਦਰੀ, ਯਾ ਅਲੀ ਹਦ ਬੁਲੰਦ ਚਨਾਰਾ ਹੈਦਰੀ। ਯਾ ਅਲੀ ਅਲੈਹਿ ਸਲਾਤੁ ਵਸਲਾਮ, ਹੁਸੈਨੀਅਤ ਜ਼ਿੰਦਾਬਾਦ, ਯਜ਼ੀਦੀਅਤ ਮੁਰਦਾਬਾਦ, ਅਹਿਲ ਬੈਤ ਦੇ ਦੁਸ਼ਮਣ ਤੇ ਲਾਨਤ, ਬੀਬੀ ਦੇ ਦੁਸ਼ਮਣ ਤੇ ਲਾਨਤ, ਬਾਵਾਜ਼ੇ ਬੁਲੰਦ ਸਲਵਾਤ। ਦੁਆਏ ਅੱਲਾ ਸਾਰਿਆਂ ਦਾ ਟੁਰਾਇਆ ਕਬੂਲ ਫਰਮਾਵੇ, ਮੇਰੇ ਅਜ਼ੀਜ਼ ਦੀ ਖਲੂਸ ਅਲੀ ਨੌਕਰੀ ਸ਼ਹਿਨਸ਼ਾਹ ਕਬੂਲ ਫਰਮਾਵੇ, ਅੱਲਾ ਬਾਬੇ ਦਾ ਸਾਇਆ ਸਲਾਮਤ ਫਰਮਾਵੇ, ਪੂਰੇ ਖਾਨਦਾਨ ਨਾਲ ਮਾਲਿਕ ਆਬਾਦ ਸ਼ਾਦ ਫਰਮਾਵੇ। ਜਿਹਨਾਂ ਜਿਹਨਾਂ ਬੰਦਿਆਂ ਕਾਰੇ ਖੈਰ ਚ ਹਿੱਸਾ ਲਾਏ, ਮਾਲਿਕ ਤਮਾਮ ਦੀ ਤੋਫੀਕਾ ਤੇ ਇਜ਼ਾਫਾ ਫਰਮਾਵੇ। ਮਾਲਿਕ ਅੱਲਾ ਇਮਾਮ ਹੁਸੈਨ ਦੇ ਸਦਕੇ ਮੇਰਾ ਅੱਲਾ ਅਸਾਂ ਉਹਦਾ ਜ਼ਿਕਰ ਕਰਾਏ ਜਿਹਦਾ ਜ਼ਿਕਰ ਤੂੰ ਖੁਦ ਆਪ ਕਰੈਂਦਾ। ਅਸਾਂ ਉਹ ਮਖਦੂਮਾ ਕੋ ਦਾਵਤ ਦਿੱਤੀ ਹੈ ਜੇ ਕੁ ਸਕੇ ਬਿਰਾ ਦੀ ਲਾਸ਼ 'ਤੇ ਰੋਣ ਕਹਿਣ ਦਿੱਤੀ। ਬੰਦੇ ਤਾਂ ਦਿੰਦਾ ਮੱਤਾਂ, ਗੱਲ ਮੱਤਾਂ ਵਾਲੀ ਨਹੀਂ, ਗੱਲ ਯਕੀਨ ਦੀ। ਜਬ ਤੱਕ ਮਾਵਾਂ ਦੀਆਂ ਨਾ ਆਵਣ, ਇਤਨੇ ਤੱਕ ਸਫ਼ੇ ਅਲਾ ਵਿਛਦੀ ਨਹੀਂ। ਮੈਂ ਇਸ ਮਜਲਿਸ ਦਾ ਬਾਨੀ ਵੀ ਹਾਂ, ਮੇਰੇ ਆਪਣੇ ਪੁੱਤਰ ਦੇ ਮਜਲਿਸ ਹੈ। ਇਹ ਸਾਰੇ ਜਿਤਨੇ ਬੈਠੇ ਹੋ, ਮੈਂ ਸਾਰਿਆਂ ਦਾ ਮਮਨੂਨ ਹਾਂ, ਮਸ਼ਕੂਰ ਹਾਂ। ਇਤਨੇ ਟੁਰ ਆਏ ਹੋ ਤਾਂ ਕਹਿੰਦਾ ਅਜਰ ਇਮਾਮ ਹੁਸੈਨ ਦੀ ਪਾਕ ਕਮਾਂ ਦੇਵੇ ਬਾਨੀਆਂ ਦੀ ਤਰਫ। ਮੌਲਾ ਮੇਰੇ ਚਾਚੇ ਕੁਸ਼ੀਅਤ ਅਤਾ ਫਰਮਾਵੇ। ਤੁਸੀਂ ਸਾਰੇ ਅਦਾਦਾਰਾਂ ਦਾ ਸ਼ੁਕਰੀਆ ਅਦਾ ਕੀਤਾ। ਸਾਰੇ ਰਲ ਕੇ ਅਦਾਦਾਰ, ਮਾਤਮੀ, ਜ਼ਾਕਿਰ, ਉਹਨਾਂ ਮਾਵਾਂ ਦਈਆਂ ਦਾ ਸ਼ੁਕਰੀਆ ਅਦਾ ਚ ਕਰੋ। ਇੱਕ ਸ਼ਾਮ ਚ ਟੁਰ ਰਹੀ ਦੂਜੀ ਜੰਨਤ ਬਗੀ ਛੋੜ ਕੇ ਆਈ, ਬਣ ਕੇ ਬੇਕਫਨ ਕੋ ਰੋ ਆਉ। ਬੈ ਜਾਂਦੇ ਮੰਨਤ ਅੱਲਾ ਅਲਾ ਦੇ ਨਰੀਨਾ ਦੇਵੇ ਤੇ ਦੋ ਜ਼ਾਕਿਰ ਇਮਾਮ ਹੁਸੈਨ ਦੇ ਇਸ ਮਜਲਿਸ ਤੇ ਪੜੇ ਸੀ। ਯਕੀਨਨ ਪੂਰੀ ਹੋ ਸੀ। ਅੱਲਾ ਸਾਡੀ ਲੱਖਾਂ ਦੀ ਕਦੋਂ ਆਏ ਪਰਦੇ ਵਾਲੇ ਇਮਾਮ ਦੇ ਜ਼ਹੂਰੀ ਤਾਜ਼ੀਮ ਫਰਮਾ। ਘਰ ਵਸੇ ਜੈ ਘਰ ਚ ਗਮ ਦੀ ਫੋੜੀ ਵਿਛੀ ਹੋਈ ਹੈ। ਸਲੇ ਅਲਾ ਮੁਹੰਮਦ ਵਾ ਆਲੇ ਮੁਹੰਮਦ ਵਾ ਜਲ ਫਰਜ ਕਾਇਮ ਆਲੇ ਮੁਹੰਮਦ। ਯਕੀਨਨ ਜਿਹੜੇ ਬਹਿ ਗਏ ਹੋ ਬਹਿ ਮੁਹੰਮਦ ਦੀ ਧੀ ਦੇ ਦੁੱਖਾਂ ਵਾਸਤੇ ਗਏ ਹੋ, ਮੇਰੇ ਵਿਰਾ ਦੀ ਬਹੁਤ ਮਿਹਰਬਾਨੀ ਹੈ।
سردار غلام عباس خان دی مالک انہاں دی زندگی دراز فرماوے عرشاں دے بخت ہونے سگے کوئی کمی نہیں مالک مزید بخت عطا فرماوے حسرت ای بی بی دے دکھ کٹھے پڑھو اے میرا عالم دے ہتھے 19 سال میں کو ہو گیا نہیں امام حسین دی نوکری چ میں کدا بناوٹ نہیں کی تھی سچا تے کھرا جی امام حسین دا ذاکرہ اے او مخدومہ دے جن دے دروازے تے محمد رک رک ویندا ہے تے بی بی آدھی اے بابا میرے دروازے تے رک دے کیوں ہو پیو دھی دا پردہ تے نہیں ہوندا تو سر رک رک کے اجازت منگ دے ہو دھی دا سر چمکیا دا میں کوئی آپ رک دا جڑا تیرے دروازے تے آنا جبریل آویندے اللہ پیا دے رک روک کے اجازت منگ مدینے آ جا کوئی اندی عزت دسا جتا تو رک دیں یہ بی بی کے دے شانہ دی مالک ہے یہ بی بی کے دے عزت دی مالک ہے جن رسول احترام کریندہ ریا جن دی رسول شان دسیندہ ریا میرے کول قرآن چچوا 3.5 گھنٹے دے بعد ممبر تے بہن والے ٹھیکا گل پوچھئے کتھاں کھڑی اے محمد دی دھی بیوی آدھی چاچا سلیمان ممبر تے ممبر تے بہن والا محمد دی پیا دی آئی ہن مائے تھک گئی اے اد سلیمان پوچھ لے آخر تے بی بی آکھے تیری دھی گھنے میں محمد دی ہو کے خالی ونیا آدھے بی بی کوئی پیو دا لکھی ہے تا دکھا جڑے سید بیٹھے ہو بوادر سائیں ہک ہک سید دے پیرہ تے ہاتھے مصطفیٰ علیہ نینا اگر بات دل کو لگونی ہے دی اچھی کر چھوڑیں قریب والا مومن گواہ بنونے بی بی کوئی پیو دا لکھی ہے تا دکھا کب دے ہوئے ہتھاں دے نال محمد دی چادر چو ہاتھ باہر کٹھے پیو دے ہتھاں دے لکھی رسید پیش کی تھی پہلی کرسی والے پڑی اڑوچی کرسی والے صدقے تھی ونجا
بی کوئی گواہی نہیں تو پیش کر. دو جملے میں پڑھنے ہیں. کوئی گواہی نہیں تو پیش کر. میں کو قرآن دی قسم میں دوہاں پتران دے سر تے ہاتھ رکھا. بی بی آدھے میڈا حسن گواہ, میڈا حسین گواہ, آدھے بی بی معصوم والن انہ دی گواہی منظور نہیں. بی بی آدھے سوچ دوہے وقت دے امامن. بی بی آدھے پتران دی قسم میں تاکتے بانا لیا کہ پیو دی کبا توان گھر اور میں ڈرے کے زندگی دا نہیں پتا گئی آئی وال کھا لے آئے جڈا وال دیر نہیں پڑھنا کیونکہ میرے بھائی آخیا سڑی سال دی حسرت کائنات سنی صحابہ دی عظمت واسطے ہی, شیئیں تا علی دی ولایت واسطے ہی. میں کو بول کے جواب دیو کوٹ لے لیا کائنات میں کو دھی بھی کھا جین دھی دا پیو دنیا تو ٹرے ہم سایا کھن کوئی رومن دا وقت مقرر کر. سبحان اللہ بابا جی میں نو کرم کیونکہ جیوے زہیب آپ کے سنسائے بھائی تو سن اللہ جی کی پڑھو. میں ہو سکتے مطلب کوئی اہل سنت بھائی مجلس سے چاہیا بیٹھا ہوئے میرے شیعہ سنی بھائیو یاد رکھے ہے میں چودھن دا دوارا بیت اللہ دا حاجی ہاں المین دے درمیان اچ کھڑوتا میرے سامنے کوئی حاجی بیٹھے تو گواہی دے سی مسجد نبوی دے وچ آج بھی 40,000 بلب لگا ہویا ہے جے کوئی جن تک سمجھ نہیں آئی میں محمد دی اس دھی سید آدم صاحب ڈب شروع کی دین جے رام بھرے مدینے چ روشنی ہوندی ہے محمد دی دھی دی قبر تے اندھیرا ہوندا ہے. سبحان اللہ بابا جی میں نوکر سی لکھ فری رومن ناوے نہ سی ہے کر دے ہوئے جوان نوکروں نے سی رو پوئن ملک جی وہ 40-40 سال بہتروں نے میری سین جناب سید آم بی بی بابے دی شہادت دے بعد اتنا روئے آم جو مدینہ دی سرزمین حل بنیا اتنے سید بیٹھے تھوڑی کنیز دا پتر جو کچھ سمجھ نہیں نا باختر زی جناب محمد مصطفیٰ مسند تے بیٹھے ہوئے نا تے ایویں بطول سین سامنے آویا نبی دا سلطان مسند اٹھے نا اشارہ سمجھے مصطفیٰ بھائی اے ان نبی دید سجاد اے ان اکھاں دلاویں نا
ਰਾਜਾ ਜੀ ਅੱਖਾਂ ਤੇ ਲਾ ਕੇ ਧੀ ਦੇ ਸੱਜੇ ਹੱਥ ਤੇ ਬੋਸਾ ਦੇਵੇ ਨਾ। ਰੋ ਨਰੋ ਕੱਛੀ ਅਲਿਆ ਤੇਰੇ ਮੁਕੱਦਰ ਦੀ ਬਾਂ ਤੇ, ਲੋਕ ਅਦਿਨ ਜ਼ਾਕਰ ਸਖਤ ਪੜ੍ਹਦੇ ਨੇ, ਅਜੀ ਤੇਰੇ ਡਰ ਕੋ ਲੁਕਾ ਕੇ ਰਿਵਾਇਤ ਪੜ੍ਹਦੇ ਹੈ। ਮੈਂ ਕੋ ਆਪ ਇਨਸਾਫ ਨਾਲ ਦੱਸਾ, ਤੇਰੀ ਧਰਤੀ ਅਦਬ ਨਾਲ ਪਿਆਰ ਰੱਖਦੀ ਏ, ਜਿਨ੍ਹਾਂ ਹੱਥਾਂ ਤੇ ਮੁਹੰਮਦ ਬੋਸੇ ਦੇਂਦਾ ਹਾ ਉਹ ਹੱਥ ਤਾਜ਼ੀਆਨਾ ਦੇ ਡਾ ਦੇ ਹੈ। ਯਾਰ ਕਿਉਂ ਸ਼ਰਮਾ ਕੇ ਬੈਠੇ ਹੋ? ਮੈਂ ਚਾਹੁੰਦਾ ਹਰ ਰਖ ਸ਼ਾਮਿਲ ਹੋਵੇ ਤੇ ਮੈਂ ਦੋ ਵੇਣ ਕਰਨੇ। ਮੇਰੇ ਸ਼ੀਆ ਸੁਨੀ ਭਾਈਓ, ਮੇਰੀ ਸੈਣ ਜਦੋਂ ਬਾਬੇ ਦੇ ਖਾਮੀ ਚ ਰੋਵੇ ਆ ਨਾ, ਮਦੀਨੇ ਦੇ ਸਿੰਦਰੋ ਦੀਵਾਰ ਲਵਾਏ ਜੋ ਆਹਜ਼ਾਨ ਵਾਲੇ ਲਿਖਦੇ ਦਰੋ ਦੀਵਾਰ ਜ਼ਵਾਰ ਸਾਹਿਬ ਹਲ ਵੈਂਦੇ ਹੈ। ਇਕਰੀ ਮਦੀਨੇ ਦੇ ਲੋਕ ਜਮ੍ਹਾਂ ਹੋ ਕੇ ਨਾ ਅਮੀਰ ਅਲ ਮੋਮਿਨੀਨ ਦੇ ਕੋਲ ਆ ਕੇ ਦਿਨ ਯਾ ਅਲੀ ਮੁਹੰਮਦ ਦੀ ਧੀ ਕੁਆਖ ਕੋਈ ਰੋਵਣ ਦਾ ਵਕਤ ਮੁਕਰਰ ਕਰੇ। ਤੁਹਾਡੀ ਹੈ ਨਿਕਲੀ ਮੇਰੀ ਜ਼ਬਾਨੀ ਸੁਣ ਕੇ ਅਮੀਰ ਅਲ ਮੋਮਿਨੀਨ ਦਾ ਮਾਮਾ ਖੁੱਲ੍ਹ ਕੇ ਗਲੀ 'ਚ ਖਾਂਦੀ ਅੱਖੀ ਨਹੀਂ ਬਾਬੂ ਜੀ ਸਾਵਣ ਦੇ ਬਦਲ ਅਮੀਰ ਅਲ ਮੋਮਿਨੀਨ ਤਤਹੀਰ ਅਲੀ ਹਵੇਲੀ ਦੇ ਅੰਦਰ ਕਦਮ ਰੱਖੇ ਇਸ਼ਾਰਾ ਸਮਝੇ ਮੇਰੀ ਸਹਿਣ ਵਾਰਿਸ ਕੋ ਆਉਂਦਾ ਡਿੱਠੇ ਕਿ ਖੱਬਾ ਹੱਥ ਜਵਾਨੋ ਮਾਤਮੀ ਇੰਝ ਸੱਜੇ ਪਾਸੇ 'ਤੇ ਰੱਖੇ, ਇਹ ਇੰਝ ਸੱਜੇ ਪਾਸੇ 'ਤੇ ਜ਼ੋਰ ਦੇ ਕੇ ਔਖੀ ਉੱਠੀ ਮੁਹੰਮਦ ਦੀ ਜ਼ਖਮੀ ਦੀ ਆਪਣੇ ਸਰਦਾਰ ਅਲੀ ਦੇ ਇਸਤਕਬਾਲ ਕੀਤੇ। ਮੈਂ ਪੜ੍ਹ ਛੋੜੇ ਤੁਸਾਂ ਹੈ ਕਰਕੇ ਸੁਣ ਛੋੜੇ ਥੋੜ੍ਹੇ ਜਿਹੀਆਂ ਭੇਜਣ ਮੈਂ ਇੱਕ ਆਸਾਨ ਕਰੇ ਮੈਂ ਯਾ ਸਦਰ G62 ਇਸਲਾਮਾਬਾਦ ਆਖੀਏ ਬਈ ਮੁਸਤਫਾ ਜਾਣ ਦੇ ਹੁਸੈਨ ਡਾਕਟਰ ਸੈਯਦ ਅਸਗਰ ਹੁਸੈਨ ਕਾਜ਼ਮੀ ਹੈ ਨਾ ਮਲੰਗ ਜਿਵੇਂ ਉੱਠਣ ਮੋਹਨ ਦਾ ਮਾਤਮ ਬਾਬੂ ਜੀ ਕੀਤਾ ਨੇ ਰੋ ਕੇ ਸਹੀ ਫਰਮੈਂਦੇ ਨਾ ਦਿਨ ਗੁਲਾਮ ਅਬਾਸ ਤੇ ਪੜ੍ਹ ਛੋੜੇ ਇੰਨਾ ਇਸਲਾਮਾਬਾਦ ਪੂਰੇ ਮੁਲਕ ਦੇ ਮਜਮੇ ਚੁੱਪ ਕਰਕੇ ਸੁਣ ਛੋੜੇ ਇਹ ਮੈਂ ਡਾਕਟਰ ਆ ਮੈਂ ਜਾਣਦਾ ਉਹ ਆਏ ਨਹੀਂ ਜਿਹੜਾ ਹਲਕੇ ਛੜੋ ਕੇ ਮਾਤਮ ਕਰਦੇ ਹੱਥ ਰੱਖਦੇ ਹੀ ਰਿਵਾਇਤੇ ਹੈ ਤੇ ਮਾਤਮ ਨਾ ਕਰੇ। ਮੈਂ ਡਾਕਟਰ ਆ ਮੈਂ ਜਾਣਦਾ ਜੋ ਮੇਰੀ ਡਾਡੀ ਸੈਯਦਾ ਇਹ ਪਾਸੇ ਤੇ ਜ਼ੋਰ ਦੇ ਕੇ ਕਿਉਂ ਉੱਠਦੀ ਆਈ। ਮੈਂ ਕਿਹਾ ਬਾਬੂ ਜੀ ਹੁਕਮ ਕਰੋ। ਆ ਦਿਨ ਮੇਰੀ ਮਜਲਿਸ ਸੀ ਜੀ, ਮਜਲਿਸ ਦੇ ਵਿੱਚ ਕੋਈ ਪਿੰਡਾਂ ਵਾਲੇ ਡਾਕਟਰ ਬੈਠਾ ਹੋ ਸੀ ਤੇ ਮੇਰੀ ਗਵਾਈ ਦੇ ਸੀ। ਅੱਜ ਦੇ ਬਾਅਦ ਜਿੱਥੇ ਮੇਰੀ ਡਾਡੀ ਦਾ ਮਸਾਇਬ ਪੜ੍ਹੇ ਮੇਰੀ ਤਰਫੋਂ ਇੰਝ ਬਣੇ। ਮੈਂ ਕਿਹਾ ਬਾਬੂ ਜੀ ਹੁਕਮ ਕਰੋ ਮਾਤਮ ਕਰਕੇ ਆਦੇ ਗੁਲਾਮ ਅਬਾਸ। ਮੈਂ ਡਾਕਟਰ ਆ ਮੈਂ ਜਾਣਦਾ ਜੈ ਬੰਦੇ ਦੀਆਂ ਪਸਲੀਆਂ ਤਰੁੱਟੀਆਂ ਹੋਈਆਂ ਹੋਵੇ ਨਾ ਉਹ ਗੁੱਸਾ ਕਿੰਨੇ ਤਕਲੀਫ ਆਉਂਦੀ ਏ। ਮੁਹੰਮਦ ਦੀ ਪਾਸੇ ਤੇ ਜ਼ੋਰ ਦੇ ਕੇ ਆਦੀ ਬਾਬਾ ਤੇਰੇ ਬਾਅਦ ਮੈਨੂੰ ਘਰ ਆ ਕੇ ਮਾਰਿਆ ਨੇ, ਬਾਬਾ ਮੈਨੂੰ ਧੀਆਂ ਤੇ ਪੁੱਤਰਾਂ ਦੇ ਸਾਹਮਣੇ ਮਾਰਿਆ ਨੇ, ਮੇਰੇ ਛੁੜਾ ਬਣਾ ਲੱਗੋ। ਤੇਰੀ ਗੁਰਬਤ ਰੋਆ ਰਹੀ ਹੈ ਅਮੀਰ ਅਲ ਮੋਮਿਨੀਨ ਸਰਦਾਰ, ਮੇਰੀ ਕਿਹੜੀ ਗੁਰਬਤ? ਮੁਹੰਮਦ ਦੀ ਧੀ ਅੱਜ ਮਦੀਨੇ ਦੇ ਲੋਕ ਜਮ੍ਹਾਂ ਹੋ ਕੇ ਆਦਿਨ ਮੁਹੰਮਦ ਦੀ ਧੀ ਨੂੰ ਆਖੋ ਕੋਈ ਰੋਵਣ ਦਾ ਵਕਤ ਮੁਕਰਰ ਕਰੇ। ਬੀਬੀ ਅਦੇ ਯਾ ਅਲੀ ਮੈਂ ਮੈਨੂੰ ਰਿਵਾਇਤ ਪੜ੍ਹ ਰਿਹਾ ਹੁਣ ਰੋ ਨਰੋ ਤੇਰੇ ਮੁਕੱਦਰ ਦੀ ਬਾਤ ਤੇ ਜੇ ਮੈਂ ਹਰੀ 'ਚ ਨਹੀਂ ਰੋਵਣ ਦਿੰਦੇ ਨਾ ਅੱਜ ਦੇ ਬਾਅਦ ਸ਼ਮੂਨ ਯਹੂਦੀ ਕੋ ਆਖੋ ਅੱਗੇ ਮੈਂ ਅਲੀ ਤੇਰੇ ਬਾਗ ਦੀ ਮਜ਼ਦੂਰੀ ਦਿਨ ਕੋ ਕਰਦਾ ਹਾਂ ਅੱਜ ਦੇ ਬਾਅਦ ਮੈਂ ਰਾਤ ਕੋ ਕਰਸਾਂ। ਇੱਥੇ ਹੀ ਬੰਦੇ ਸੋਚਣ ਲੱਗ ਪਏ ਨੇ ਜਿਹੜਾ ਕਾਇਨਾਤ ਦਾ ਅਮੀਰ ਅਲ ਮੋਮਿਨੀਨ ਏ ਜਿਹੜਾ ਰਿਜ਼ਕ ਵੰਡਦਾ ਉਹ ਅਲੀ ਯਹੂਦੀ ਦੀ ਮਜ਼ਦੂਰੀ ਕਰਦਾ ਹਾਂ। ਯਾਦ ਰੱਖੇ ਕੋਟਲੇ ਹਾਜੀ ਸ਼ਾਲ ਅਹਿਲੇ ਬੈਦ ਜੋ ਕੰਮ ਵੀ ਕੀਤੇ ਤੇਰੇ ਮੇਰੇ ਸਮਝਾਉਣ ਕਣ ਕੀਤੇ ਢੱਲੀ ਅਦ ਰਾਤ ਦਾ ਵੇਲੇ ਸਹੀ ਅਮੀਰ ਅਲ ਮੋਮਿਨੀਨ ਯਹੂਦੀ ਦੇ ਦਰਵਾਜ਼ੇ 'ਤੇ ਦਸਤਕ ਦਿੱਤੀ ਏ। ਅਦੇ ਮੈਂ ਦਰਵਾਜ਼ਾ ਖੋਲ੍ਹੇ ਮੈਂ ਡਿੱਠੇ ਨਬੀਆਂ ਦਾ ਨਾਸਰ ਅਲੀਏ ਅਮਾਮਾ ਖੁੱਲ੍ਹ ਕੇ ਗਲੀ 'ਚ ਆਇਆ ਹੋਇਆ ਅੱਖੀ ਨਹੀਂ ਅਜ਼ਾਦਾਰੋ ਸਾਵਣ ਦੇ ਬਦਲੇ ਅਦੇ ਇਸ ਵੇਲੇ ਰਾਤ ਦੇ ਤੇ ਮੇਰੇ ਦਰਵਾਜ਼ੇ 'ਤੇ ਅਲੀ ਬਾਦਸ਼ਾਹ ਖਬੇਜਨ ਪੇ ਫਰਮੈਂਦੇ ਨੇ ਸ਼ਮੋਨ ਯਹੂਦੀ ਹਮੇਸ਼ਾ ਗਰਜ਼ਮੰਦ ਟੁਰ ਕੇ ਆਉਂਦੇ ਨੇ ਅਦੇ ਹੀ ਵੇਲੇ ਰਾਤ ਤੇ ਕਿਹੜੇ ਗਰਜ਼ ਲੈ ਆਈਏ। ਅਲੀ ਫਰਮੈਂਦੇ ਨੇ ਅੱਗੇ ਤੇਰੇ ਬਾਗ ਦੀ ਮਜ਼ਦੂਰੀ ਮੈਂ ਅਲੀ ਦਿਨ ਕੋ ਕਰਦਾ ਹਾਂ ਅੱਜ ਦੇ ਬਾਅਦ ਮੈਂ ਰਾਤ ਨੂੰ ਕਰਸਾਂ। ਅਦੇ ਯਾ ਅਲੀ ਇਤਨੀ ਗੁਰਬਤ ਛਾ ਗਈ ਏ। ਅਲੀ ਫਰਮੈਂਦੇ ਨੇ ਗੁਰਬਤ ਨਹੀਂ ਛਾ ਗਈ, ਜਿਹੜੀ ਰਾਤ ਨੂੰ ਮਜ਼ਦੂਰੀ ਕਰਸਾਂ ਨਾ ਉਹਦੀ ਉਜਰਤ ਨਾ ਲੈ ਸਕਦੇ। ਯਾ ਅਲੀ ਵਜ੍ਹਾ ਕਿਆ ਹੈ? ਅਲੀ ਫਰਮੈਂਦੇ ਨੇ ਇਤਨਾ ਮੰਗਦਾ ਆਪਣੇ ਬਾਗ ਵਿੱਚ ਮੁਹੰਮਦ ਦੀ ਜ਼ਖਮੀ ਧੀ ਨੂੰ ਰੋਵਣ ਦੇਵੇ। ਤੁਹਾਡੀ ਹੈ ਨਿਕਲੀ ਏ ਰਿਵਾਇਤ ਦੇ ਲਾਉਦੀ ਰਵਾਉ ਜੀ ਸ਼ਮੋਨ ਘਰ ਦੌੜੇ ਜਲਦੀ ਦੇ ਨਾਲ ਕਾਗਜ਼ ਕਲਮ ਦਵਾਤ ਚਾ ਕੇ ਅਲੀ ਦੇ ਕਦਮਾਂ ਤੇ ਹੱਥ ਰੱਖ ਕੇ ਹੱਥ ਜੋੜ ਕੇ ਅਤੇ ਯਾ ਅਲੀ
ਤੁਸਾਂ ਰੋਵਣਾ ਦਿਓ, ਮੈਂ ਸਾਰਾ ਬਾਗ ਮੁਹੰਮਦ ਦੀ ਧੀ ਨੂੰ ਲਿਖ ਦੇਦਾ। ਅਲੀ ਫਰਮੈਂਦਨ ਬਾਗ ਨਾ ਲਿਖ ਰਿਹਾ ਕਿ ਇਸ ਬਾਗ ਨੂੰ ਮੁਹੰਮਦ ਦੀ ਧੀ ਪਾਸੇ ਤੇ ਹੱਥ ਰੱਖ ਕੇ ਵਧੀ ਰੋਂਦੀ ਹੈ। ਮਰਹਬਾ ਥਕੇ ਨਹੀਂ ਨਿਆਜ਼ ਹੁਸੈਨ। ਚਲੋ ਭਾਈ ਆਖੇ ਤੇ ਮੈਂ ਇਤਨਾ ਪੜ ਗਿਆ, ਤੁਹਾਡੀ ਮੁਹੱਬਤ ਬੜਾ ਗਈ ਹੈ, ਨਹੀਂ ਤਾਂ ਇੱਥੇ ਹੀ ਵਹਿਣ ਕਰ ਲਵਾਂ। ਆਜ਼ਾਦਾਰੋ, ਇਹਨਾਂ ਬੈਤੁਲ ਹੁਸਨ ਵੀ ਗਿਰਾ ਛੋੜਾ। ਜਿਹੜਾ ਬੈਤੁਲ ਹੁਸਨ ਗਿਰਾਇਆ ਨੇ ਰਿਵਾਇਤ ਦੇ ਲਫਜ਼ ਨੇ, ਮੇਰੀ ਸੈਣ ਉਹ ਦੇ ਵੈਰਾਂ ਨੇ ਪਹਾੜਾਂ 'ਚ ਹੀ ਰੋਵਿਆ। ਇਕਰੀ ਮਹਿਮੂਦ ਨਾਮੀ ਬਦੂਆਂ ਦੇ ਮੇਰਾ ਉੱਠ ਨਾਕਾ ਗੁੰਮ ਹੋ ਗਈ ਹੈ, ਮੈਂ ਨਾਕਾ ਕੋ ਤਲਾਸ਼ ਕਰਦਾ ਹੋਇਆ ਜਿਹੜਾ ਉਹ ਜਿਤਨੇ ਹਾਜੀ ਸਾਹਿਬਾਨ ਬੈਠੇ ਨਾ ਮੇਰੀ ਗਵਾਈ ਦੇ ਸਿਰ ਮਦੀਨੇ ਦੇ ਕਰੀਬ ਹੀ ਹਨ ਉਹਦੇ ਪਹਾੜ। ਜਿਹੜਾ ਆਏ ਨਾ ਮਹਿਮੂਦ ਨਾਮੀਆਂ ਦੇ, ਮੈਂ ਜਿਹੜਾ ਉਹਦੇ ਪਹਾੜਾਂ ਦੇ ਕਰੀਬ ਆਇਆ, ਮੈਂ ਡਿੱਠੇ ਤਾਂ ਮੇਰੀ ਨਾਕਾ ਤੜਫਦੀ ਪਈ ਗਈ। ਇੰਜ ਦੋਵੇਂ ਹੱਥ ਬੇਜਨ ਸਰ ਤੇ ਰੱਖ ਕੇ ਨਾ ਜ਼ਵਾਰ ਸੇ ਬਾਜੀ ਉੱਚਾ ਵੇਣ ਕਰਕੇ ਖੜਾ ਦੇ, ਮੇਰਾ ਅੱਲਾਹ ਮੇਰੀ ਨਾਕਾ ਬਿਮਾਰ ਤਾਂ ਕੋਈ ਨਹੀਂ। ਉਹ ਆਏ ਨਹੀਂ ਜਾਂਦੀ ਹੈ ਨਾ ਨਿਕਲੀ ਸਤਰ ਤੇ, ਆਦੇ ਮੇਰੀ ਗੱਲ ਮੁੱਕੀਏ ਜਾਂ ਖੰਡ ਪਿੱਛੋਂ ਇੱਕ ਮਸਤੂਰ ਦੇ ਰੋਵਣ ਦਾ ਵੈਣਾ, ਬਾਬਾ ਤੇਰੇ ਬਾਤ ਰੁੜ ਗਈ। ਆਂਦੇ ਇਤਨਾ ਲਹਿਜੇ 'ਚ ਦਰਦ ਆ, ਮੈਂ ਕੋਈ ਜ਼ਮੀਰ ਇਜਾਜ਼ਤ ਨਹੀਂ ਦਿੱਤਾ ਕਿ ਮੈਂ ਮੂੰਹ ਕਰਕੇ ਟੁਰਾਂ। ਆਦੇ ਇੰਝ ਮੈਂ ਅੱਖਾਂ 'ਤੇ ਹੱਥ ਦਿੱਤੇ, ਇੰਝ ਪਿਛੜੂ ਦਾ ਟੁਰਨਾ ਸ਼ੁਰੂ ਕੀਤੇ। ਜਿਹੜਾ ਕਰੀਬ ਆਇਆ ਮੈਂ ਆਖੇ ਕੌਣ ਹੈ ਇਹਦੀ ਪਰਦਾਦਾਰ ਬੀਵੀ ਜਿਹੜੀ ਉਹ ਦੇ ਵੈਰਾਂ ਨੇ ਪਹਾੜਾਂ 'ਚ ਇਹਦੇ ਦੁੱਖੇ ਵਹਿਣ ਕਰਕੇ ਰੋ ਰਹੀ। ਬੀਬੀ ਰੋ ਕੇ ਪਈ, ਇਹਦੇ ਬੰਦੇ ਖੁਦਾ ਟੁਰ ਜਾ, ਮੈਂ ਆਮ ਮਸਤੂਰ ਨਹੀਂ, ਮੈਂ ਉਮਤ ਦੀ ਖਾਲੀ ਵਲੀ ਹੋਈ ਮੁਹੰਮਦ ਦੀ ਧੀ ਬਦੋਲਾ। ਬੀਬੀ ਆਦੀ ਮੈਂ ਕੋ ਮਦੀਨੇ 'ਚ ਨਹੀਂ ਰੋਵਣ ਲੈਂਦੇ, ਮੈਂ ਬਾਬੇ ਕੋ ਉਹ ਦੇ ਵੈਰਾਂ ਨੇ ਪਹਾੜਾਂ 'ਚ ਵਧੀ ਰੋਂਦੀ ਆ। ਕੱਲੀ ਨਾ ਮੈਂ ਸੈਯਦਾ ਨਾਲ, ਛੋਟੀਆਂ ਛੋਟੀਆਂ ਧੀਆਂ ਨਾਲ। ਮਰਹਬਾ ਬਾਬੇ ਦੀ ਸ਼ਹਾਦਤ ਦੇ ਬਾਅਦ ਜਿਤਨਾ ਅਰਸਾ ਮੇਰੀ ਸੈਣ ਜ਼ਿੰਦਾ ਰਹੀ ਹੈ ਨਾ, ਮੇਰੀ ਸੈਣ ਸੱਜੇ ਹੱਥ ਨਾਲ ਤਸਬੀਹ ਨਹੀਂ ਪੜ ਸਕਦੀ। ਆਖਰੀ ਰਾਤ 'ਤੇ ਮੈਂ ਵਹਿਣਾ ਦੇ ਕਰੀਬ ਆ ਗਿਆ, ਸਾਰਾ ਮਜ਼ਮੂਨ ਛੋੜ ਦਿੱਤਾ। ਆਖਰੀ ਰਾਤ 'ਤੇ ਜਨਾਬ ਸੈਯਦ ਆਉਂਦੀ, ਬੀਬੀ ਫਰਮਾਇਆ ਯਾ ਅਲੀ ਮੈਂ ਬਚਦੀ ਨਾ, ਮੇਰੀਆਂ ਚੰਦ ਵਸੀਅਤ ਹਨ। ਮੇਰੀ ਪਹਿਲੀ ਵਸੀਅਤ ਇਹ ਕਿ ਮੇਰੀ ਮੌਤ ਦੀ ਇਤਲਾਹ ਕਿਸੇ ਨੂੰ ਨਾ ਦੇਵੇ। ਬੀਬੀ ਅਜੇ ਯਾ ਅਲੀ ਮੇਰੀ ਦੂਜੀ ਵਸੀਅਤ ਹੈ, ਮੇਰੇ ਜਨਾਜ਼ੇ 'ਚ ਉਹ ਨਾਮ ਹੈ ਜਿਹੜੇ ਮੇਰੇ ਬਾਬੇ ਮੁਹੰਮਦ ਦੇ ਜਨਾਜ਼ੇ 'ਚ ਲੈਣੇ। ਸ਼ਾਇਦ ਮੈਂ ਜਲਦੀ 'ਚ ਪੜ ਗਈ ਹਾਂ, ਤੁਸੀਂ ਚੁੱਪ ਕਰਕੇ ਸੁਣ ਛੋੜੇ। ਬਿਜਨ ਸਾਡੇ ਇਲਾਕੇ ਦੇ ਵਿੱਚ ਇੱਕ ਸਾਡਾ ਰਿਸ਼ਤੇਦਾਰ ਫੌਤ ਹੋਏ, ਜਿਹੜਾ ਅਸਾਂ ਦਫਨਾ ਕੇ ਰਿਸ਼ਤੇਦਾਰ ਸ਼ਾਮੀ ਘਰ ਵੱਲੇ ਹੈ ਨਾ, ਇਵੇਂ ਸਾਰੇ ਬਹਿ ਗਏ, ਧੀ ਆ ਕੇ ਸਾਹਮਣੇ ਮਿੱਟੀ 'ਤੇ ਬਹਿ ਗਈ ਹੈ। ਵੇਖ ਕੇ ਅਜੇ ਮੈਂ ਕੋ ਦੱਸੋ ਹਾਂ, ਮੇਰੇ ਪੀਓ ਦੇ ਜਨਾਜ਼ੇ 'ਚ ਰਸ਼ ਕਿਤਨਾ ਹੋ। ਮਾਓ ਜੀ ਤੁਹਾਡੀ ਹੈ ਨਿਕਲੀਏ ਬਹਿਜਾਂ, ਇੱਕ ਸਾਡਾ ਬਜ਼ੁਰਗ ਉੱਠੇ ਸਰ ਚੁੰਮ ਕੇ, ਅਦੇ ਬੇਟਾ ਬੜਾ ਰਸ਼ ਆ, ਅੱਜ ਤੱਕ ਹੀ ਬਸਤੀ ਦੇ ਵਿੱਚ ਅੱਜ ਤੱਕ ਇਤਨਾ ਵੱਡਾ ਜਨਾਜ਼ਾ ਕਹਿੰਦਾ ਨਹੀਂ ਹੋਇਆ। ਲਾਇਆ ਕੁਰਾਨ ਮੇਰੇ ਸਰ 'ਤੇ ਰੱਖਾ, ਇੱਕ ਦੁਨੀਆ ਦੀ ਧੀ ਦੀ ਹਸਰਤ ਹੈ, ਘਰ ਤੱਕ ਰੋਣੀ ਤਾਂ ਮੇਰੇ ਪਾਸੇ ਵੇਖੇ ਕੋਈ ਅਖਾਲੀ ਨੜਾ ਸੀ, ਮੇਰੀ ਮੁਸੱਲੇ 'ਤੇ ਪਿੰਨੇ ਖਰੇ ਤੇ ਅੱਖ ਜਾਣੀ ਮਲਕੇ ਸ਼ਾਮ ਬੀਬੀ ਜਾਣੀ। ਆਪ ਮੈਂ ਤੇ ਕੋਈ ਘਰ ਦੇ ਚਾਰ ਜਨਾਜ਼ੇ ਦੱਸੇਨਾ, ਮੁਹੰਮਦ ਦੇ ਜਨਾਜ਼ੇ 'ਚ 7 ਬੰਦੇ, ਬਤੂਲ ਦੇ ਜਨਾਜ਼ੇ 'ਚ 9 ਬੰਦੇ, ਹਸਨ ਦੇ ਜਨਾਜ਼ੇ 'ਚ 11 ਬੰਦੇ। ਰੋ ਨਾ ਰੋ ਕੁੱਟ ਲੈ ਹਾਜੀ ਸ਼ਾਲਿਆ ਲਿਆ, ਤੇਰੇ ਮੁਕੱਦਰ ਦੀ ਬਾਤ ਹੈ। ਹੁਸੈਨ ਇਹਦਾ ਵੱਡਾ ਗਰੀਬ ਹੈ ਜਿਹਦਾ 3 ਜਨਾਜ਼ਾ ਪੜਿਆ ਕਿਸੇ ਨਹੀਂ, ਜਿਹਦੀ ਭੈਣ ਰੋ ਕੇ ਆਦੀ ਹੁਸੈਨ ਕਰਬਲਾ ਜਾਣੇ, ਤੋ ਜਾਣ ਸ਼ਾਮ ਜਾਣੇ, ਮੈਂ ਆਲੀ ਆ ਜਾਣਾ। ਮਰਹਬਾ ਇਹ ਹੁਣ ਰੁਨੇ ਜਿਵੇਂ ਮੈਂ ਚਾਹੁੰਦਾ ਹਾਂ, ਤੋੜ ਤੱਕ ਗਿਰੀਏ ਦੀ ਸਦਾ ਬੁਲੰਦ ਹੋ ਗਈ ਹੈ। ਮੇਰੇ ਸ਼ੀਆ ਸੁਨੀ ਭਾਈਓ, ਬੀਬੀ ਫਰਮੈ ਯਾ ਅਲੀ ਮੇਰੀ ਹੋਰ ਵਸੀਅਤ ਹੈ, ਮੇਰੀ ਕਬਰ ਦਾ ਨਿਸ਼ਾਨ ਮਿਟਾ ਛੋੜੇ। ਬੀਬੀ ਆਦੀ ਯਾ ਅਲੀ ਮੇਰੀ ਅਗਲੀ ਵਸੀਅਤ ਹੈ, ਮੇਰੇ ਸਕੂਨ ਦਾ ਨਾਂ ਹੈ ਹੁਸੈਨ, ਕੋਈ ਆਵੇ ਜਾਂ ਨਾ ਆਵੇ ਹਰ ਸ਼ਬੇ ਜੁਮਾ ਮੇਰੇ ਹੁਸੈਨ ਨੂੰ ਮੇਰੀ ਕਬਰ 'ਤੇ ਜ਼ਰੂਰ ਲੈ ਕੇ ਆਵੇਂ। ਸ਼ਾਇਦ ਤੂੰ ਥੱਕ ਪੈਜੋ, ਤੇਰੀ ਹੈ ਨਹੀਂ ਨਿਕਲੀ। ਬੀਬੀ ਫਰਮੈ ਯਾ ਅਲੀ ਮੇਰੇ ਹੁਸੈਨ ਕੋ ਪਿਆਸ ਢੇਰ ਲੱਗਦੀ ਹੈ। ਬੀਬੀ ਫਰਮੈ ਯਾ ਅਲੀ ਮੇਰੀ ਕਬਰ 'ਤੇ ਕੁਰਾਨ ਆ ਕੇ ਪੜ੍ਹੇ। ਮੈਂ 2008 ਦੇ ਵਿੱਚ ਕੋਰਟ ਸਮਾਂ ਬਈ ਉਹ ਲਫਜ਼ ਆਖਾ, ਕਿਬਲਾ ਅਲਾਮਾ ਵਜ਼ੀਰ ਹੈਦਰ ਨਜ਼ਫੀ ਸਾਹਿਬ ਬਹੁਤ ਜ਼ਈਫ ਹਨ, ਉਸ ਵੇਲੇ ਮੈਂ ਉਸਤਾਦ ਦੇ ਮੋਹਤਰਮ ਨਾਲ ਹਾਂ, ਇਵੇਂ ਚਾਹ ਕੇ ਕਿਬਲਾ ਸਾਹਿਬ ਕੁਸੀ ਕੁਰਸੀ 'ਤੇ ਜਿੰਨੇ ਨੇ ਮੈਂ ਬੁਲਾਇਆ ਨੇ ਉਹਨਾਂ ਦੁਆ ਮੰਗਾਵਣੀ। ਜਿਹੜਾ ਮੈਂ ਇਹ ਲਫਜ਼ ਆਖੇ ਨਾ, ਜੋ ਬੀਬੀ ਫਰਮੈ ਯਾ ਅਲੀ ਮੇਰੀ ਕਬਰ 'ਤੇ ਕੁਰਾਨ ਆ ਕੇ ਪੜ੍ਹੇ, ਮੈਂ ਪੱਥਰ ਜਿਗਰ ਬੰਦੇ ਰੋਂਦੇ ਡਿੱਠੇ, ਤੂੰ ਰੋ ਨਾ ਰੋ ਲਈ ਆ ਲਿਆ ਤੇਰੇ ਮੁਕੱਦਰ ਦੀ ਬਾਤ 'ਤੇ। ਕਿਬਲਾ ਸਾਹਿਬ ਨਾ ਭਾਈ ਮੁਸਤਫਾ ਇਹ ਮੇਰਾ ਦਾਮਨ ਪਕੜੇ, ਆਦੇ ਨਜ਼ੀਜ਼ਾ 'ਤੇ ਪੜ੍ਹ ਛੋੜੇ।
انہیں شیعہ سنی عزادار چپ کر کے سن چھوڑے اج دے بعد جتھاں محمد دی دھی دا مصائب پڑھے میری طرف روایت ضرور پڑھے میں ہاتھ جوڑ کے کہ قبلہ صاحب حکم کرو رو کے فرمائے نے عزیزا میں اکھاں نار روایت پڑھیے اے قرآن پڑھنا بہانہ ہا بی بی فرمائے یا علی میری قبر دے بارہ دے میں میرے بھرا کوئی نین میں نو گھر آ کے ماریا نین مرحبا مرحبا ایو کوئی دیر رندی زدار دے ہونے بھیجا میں نو کر اسی میں نو کر اللہ سلام جوانی ہمارے مالک کامیابیاں دے دعا کر کے جا رہے ہیں بھلا ہوئے سی میں نو پتران دے دھیان دے سامنے ماریا نے میں نو کر اسی لکھواری آکھاں زدارو بی بی فرمائے یا علی میرے حسن حسین نو بلاؤ شہزادے قریب ہیں ہن بی بی فرمائے یا علی میرے ٹر ونجن دے بعد نا ڈھیر ساریاں شادیاں کر رہے ہیں امیر المومنین فرمیندن بطول تیرے بعد تے شادی دے جوڑ کوئے نے آدھے یا علی میری حسرت ہے تو سن ڈھیر شادیاں کر سو بطول وجہ کیا ہے میری سین فرمین دیا یا علی تو سن ڈھیر شادیاں کر سو نا اللہ میری دھی آلیہ نو ڈھیر میرا عطا کر سو میری فرمین دیا یا علی تو سن جان دیو نا میرے بھرا کوئی نین میں نو بابے دے بعد گھر را کے مارے آرے سارے ماتم کر کے آنکھو بطول تیرا اپنا نصیب تیرے بھرا کوئی نین میں نو گھر را کے مارے آرے جیندے اٹھارہ بھرا انہوں نو چھتری شار بہتر بہلار ایک سو بھی موڑ ہر کوئی آدھا مارو نمازی دیا بھینا آگئی ہے مرحبا مرحبا میں نو کرسے میں نوکر ہوں سی لکھوری ہے جوانی ہے مانو پھر آمد یہ زندگی ہے نوکر ہے میرا چند ازادارو بی بی فرمائے حسن حسین میرے قریب ویند دے قریب آگیا زیادہ پڑ گیا توڑی محبت پڑھا گی راضی رہونا سی ازادارو شہزادے قریب ہیں میری سین فرمائے حسن حسین نانے دی قبر دے جاؤ آپ کو نانا دعا کریں یا سری اممہ میں مارے شہزادے نانے دی قبر دو ٹورین انہوں میری سین زخمی سجی اتنال اے ایک چھوٹا جیا کمیز چاہے جنہاں دے گھرہ دے غازی دالا میں بی بی فرمائے آلی آج ہی اممہ جان میرے ٹور ونجن دے بعد تیرا بابا امیر المومنین قلابی خاندانی چو شادی کرسی اللہ تین اس ماؤم البنین وچو ایک ویر عطا کرسی جس دا نا عباس ہو سی جنہاں دنیا تھی آوے نا اس نے یو کمیز چولا پوا کی اتنا آکھے کہ میری ماں پیادی عویس چولے دی لج رکھے میں محمد دی زخمی ہتھاں نال سینی رہی ہوں مرحبا 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 سبحان اللہ عزادارو اے گھر دی اللہ تے اے نبی دے سلطان دی قبر نبی پاک دی قبر دے پیرانے پاس سنن دے قریب آگیا سی حسین بادشاہ مٹی تے بہ گئے انہوں امیر حسن دی حالت گیڑی ہے ہمیں نانے دی قبر دے سیران دو ہے پھر جانی میں ہائی کر دے ویسے روح مرنا ہوئے بابا جی قریب ہیں نانے دی قبر دے سیران دے لے پاس وہ آخرین ملے گی اے ان سجے ہاتھ نال سر تو چھوٹا گیا مامل ہے نانے دی قبر دے سیران دے لے پاس وہ امیر حسن مٹی دے ہی میں بیٹھے ہیں جی میں یتیم مٹیاں دے بہنے ہیں حسن چھوٹا دیا ماما نانے دی قبر دے راکے بیٹھا دے نانو دعا کرے آسا دیا ماما بیمارے کھوڑ لے آلے آتری ہے نکلیے کوئی جواب نہیں ہے نو جوہین کر گیا دے نانا قبر دو بیرہا دیرا او پتران جے کوئی تری مونڈے دے جا کے مدینے دیا گلیے ٹردا ہے نانا دعا ساری اماں بیمار ہے باو جی کوئی جواب خاندی نہیں آیا تھی جمین کر گیا دے نانا قبر تو بیرا میں حسن نانا دعا کریا ساری اماں بیمار ہے بھیجن کوئی جواب نہیں آیا اللہ کا آئے ملک یہ جن چوتھ مہین سنائی کی دا حسین دے سفر دی ہاتھ مو گئی ہے تلین دے کے سیدہ دا غریب اٹھے سجیا جنال سار تو اماما گیا حسن میرا دے قدمہ دے رکھے آدنویں بھئی حسن دو بتھائیں گے اگر مار کے پیاد حسن نراز نہ ہوئے تو میرے میں غریب
ਨਹੀਂ ਰੱਬ ਮੰਗਣ ਦਾ ਨਹੀਂ ਆਂਦਾ ਇਜਾਜ਼ਤ ਦੇ ਮੈਂ ਦੁਆ ਮੰਗਦਾ ਇਸ਼ਾਰਾ ਸਮਝਿਓ ਕਦੀ ਨਾ ਥੱਕਣ ਵਾਲੀ ਕੌਮ ਆਖਰ ਸੁਬਹ ਤੇ ਜੇ ਰੋਵਣ ਲੱਗੇ ਰੋਵਣ ਵਾਲਿਆ ਰਾਤ ਯਾ ਰੋਵਣ ਵਾਲੇ ਜੇ ਤਕਰੀਬਾਂ ਦੀ ਗੁਰਬਤ ਤੇ ਬੈਠਾ ਰੋਣੇ ਦੁਨੀਆਂ ਜੋ ਆਰਾਮ ਪਈ ਕਰਦੀ ਏ ਦੁਨੀਆਂ ਗੱਲਾਂ ਕਰਦੀ ਏ ਜੇ ਸ਼ੀਰਾਂ ਨੇ ਆ ਵੇਖਿਆ ਸਾਡੇ ਸੱਤ ਸੱਤ ਅੱਠ ਅੱਠ ਸਾਲ ਦੇ ਬੱਚੇ ਚਿਹਰੇ ਦਾ ਮਾਤਮ ਪੈ ਕਰਦੇ ਇਤਨੀ ਉਮਰਾਂ ਦੇ ਬੱਚੇ ਦਬਾ ਜੀ ਆਪਣਿਆਂ ਦੇ ਜਨਾਜ਼ਿਆਂ ਤੇ ਨਹੀਂ ਰੋਂਦੇ ਇਸੇ ਵਜ੍ਹਾ ਤੇ ਪੈਰੋ ਨੇ ਮੁਹੰਮਦ ਦੀ ਦੀ ਕਬਰ ਤੇ ਮੁਸਲਮਾਨਾ ਪਿੰਡਾਂ ਦਾ ਫੇਰ ਜੋੜਾ ਜਿਹੜੀ ਰੋ ਰੋ ਕੇ ਦੀਏ ਬਾਬਾ ਨਾਨੇ ਦੀ ਕਬਰ ਦੇ ਪੇਰਾਂ ਵਾਲੇ ਪਾਸੇ ਰੱਖਿਆ ਇਸ਼ਾਰਾ ਸਮਝਿਆ ਕੋਟ ਲਿਹਾ ਦੀ ਜਾ ਰਿਹਾ ਨਾਨੇ ਦੀ ਕਬਰ ਦੇ ਸੱਜੇ ਪਾਸੇ ਖਾਂ ਦੀ ਮਿੱਟੀ ਤੇ ਉਸੇ ਨੀਵੇ ਸੁਣਦੇ ਸਯਾਦਾ ਜਿਵੇਂ ਬਿਸਤਰ ਦੇ ਉੱਤੇ ਮਾਵਾਂ ਦੇ ਕੋਲ ਮਲੇ ਦੀ ਪੁੱਤਰ ਸੌਂਦੇ ਸਜਾਦ ਗਰੀਬ ਨਾਨੇ ਦੀ ਕਬਰ ਤੇ ਰੱਖਿਆ ਤੇ ਨਾਨਾ ਅਸਾਂ ਅਮੀਰ ਮੈਂ ਗਰੀਬ ਆਵਾਜ਼ ਆਉਂਦੀ ਹੈ ਨਾਨਾ ਦੁਆ ਕਰਿਆ ਸਾਰੀ ਮਾਂ ਬਿਮਾਰ ਮਰਹਬਾ ਮਰਹਬਾ ਜਵਾਨੀਆਂ ਮਾਣੋ ਮੈਂ ਨੌਕਰਾਂ ਬਾਬਾ ਹਿਕਮਤ ਦਰ ਬੁਲੰਦ ਕਰ ਕੋਈ ਜਵਾਬ ਨਹੀਂ ਆਇਆ ਤੂੰ ਜਮੈਣ ਕਰਕੇ ਬੇਟਾ ਤੇ ਨਾਨਾ ਤੇਰੋ ਪੁੱਤਰਾਂ ਜਿਹਦੀ ਵਜ੍ਹਾ ਤੂੰ ਸਜਦਾ ਵਧਾਇਆ ਹੋਈ ਤੁਹਾਡੀ ਹੈ ਨਿਕਲੀਏ ਜਵਾਰ ਸਾਹਿਬ ਕੋਈ ਜਵਾਬ ਨਹੀਂ ਆਇਆ ਰੋ ਰੋ ਕੇ ਬੇਟਾ ਤੇ ਨਾਨਾ ਤੋਂ ਜਮੈ ਪਿਆ ਬੁਲੈਦਾ ਕਬਰ ਦੁਬੈਰਾ ਮੈਂ ਕੋਈ ਥਾਈ ਰਹਿਣਾ ਆਵਾਜ਼ ਆਉਂਦੀ ਹੈ ਮਦੀਨਾ ਜਾਣੇ ਅਸਰ ਜਾਣੇ ਮੈਂ ਤਾਂ ਕਰਬਲਾ ਦਾ ਗਰੀਬ ਮਰਹਬਾ 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 ਮੈਂ ਤਾਂ ਮਿਹਨਤ ਨਹੀਂ ਕਰ ਸਕਦਾ ਕੋਈ ਖਾਲੀ ਨਰਾ ਸੀ ਇੱਕ ਮੰਜ਼ਲ ਦਾ ਬੁਲੰਦ ਕਰ ਵਧਾ ਨਾ ਲਿਆ ਤੇਰੀ ਹੈ ਨਿਕਲੀਏ ਕੋਈ ਜਵਾਬ ਨਹੀਂ ਆਇਆ ਕਬਰ ਦੇ ਹੱਥ ਰੱਖ ਬੈਠਾ ਦੇ ਨਾਨਾ ਕਬੂਲ ਨਾ ਬੋਲ ਤੈਨੂੰ ਦੱਸਣ ਸਾਰੀ ਮਾਂ ਬਿਮਾਰ ਨਹੀਂ ਸਾਰੀ ਮਾਂ ਜ਼ਖਮੀ ਹੈ ਜ਼ਖਮੀ ਦਾ ਨਾਮ ਹੈ ਗੋਡ ਲਿਆ ਲਿਆ ਨਬੀ ਦੀ ਮਜ਼ਾਰ ਲਿਆ ਕਬਰ ਦੜੀ ਦਰੀ ਦੇ ਬਹਿਰ ਹੈ ਨਬੀ ਦਾ ਤਾਜ ਲਤੋਇਆ ਇੰਜ ਹੱਥ ਵਧਾਇਣ ਨਬੀ ਦੀ ਆਵਾਜ਼ ਦੀ ਹਾਲ ਲਗੋ ਵਲ ਵਜੋ ਗਿਆ ਚਲੋ ਮੈਂ ਰੂਖੀ ਵਾਸਤੇ ਗਿਆ ਮੈਂ ਥੱਕ ਨਹੀਂ ਗਿਆ ਮੁਸਤਫਾ ਬਈ ਕਿਉਂਕਿ ਮੇਰੇ ਫੇਰਾਵਾਂ ਦੀ ਜੋ ਸਾਲ ਦੀ ਹਸਰਤ ਦੇ ਈ ਵੇਲੇ ਰਾਤ ਦੇ ਜੋ ਮਿਹਨਤ ਕਰਕੇ ਰੋਂਦੇ ਪਏ ਹੋ ਦੁਨੀਆਂ ਦਾ ਮੈਂ ਕੋ ਸਹਾਰਾ ਸਿੰਘ ਖਿਰਣਾ ਪਾਉਂਦੇ ਮੈਂ ਵੀ ਉਹ ਲਾਦ ਛੋਟੀ ਦਾ ਪੀਓ ਘਰ ਹੀ ਚਾਰ ਜਾਂ ਪੰਜ ਸਾਲ ਦਾ ਬੱਚਾ ਹੋਵੇ ਕੋਈ ਬੱਚੇ ਨੂੰ ਮਾਰੇ ਬੱਚਾ ਬਰਦਾਸ਼ਤ ਕਰਦੇ ਗਾਰੀ ਜੀ ਕੈਸਾ ਫਰਦ ਹੁੰਦੇ ਬਾਬੂ ਜੀ ਜਾਂਦੇ ਤੇ ਬੱਚੇ ਕੁਮਾਣ ਹੁੰਦੇ ਪੀਓ ਆਉਂਦੇ ਬਿਰਾ ਆਉਂਦੇ ਕੁੜ ਲਿਆ ਜੀ ਸ਼ਾ ਲਿਆ ਲਿਆ ਮੈਂ ਅੱਖਾਂ ਨਾਲ ਵੇਖੇ ਕੋਈ ਮਾਰੇ ਬੱਚਾ ਸਫ਼ਰ ਕਰਦੇ ਰਾਜਾ ਜੀ ਜਿਹੜਾ ਮਾਣ ਧਾਰੀ ਚ ਵੱਲੇ ਬੱਚਾ ਆ ਕੇ ਆਉਂਦੀ ਝੋਲੀ ਚ ਬਹਿ ਬਹਿਦੇ ਗਾਲੀ ਚ ਬਈ ਪਾ ਗਿਆ ਤੇ ਬਾਬਾ ਦੁੱਸਾ ਕੋਈ ਨਾ ਵੇ ਮੈਨੂੰ ਫੁੱਲਾਂ ਮਾਰਿਆ ਬਾਬਾ ਮੈਨੂੰ ਫੁੱਲਾਂ ਜਿਹੜਾ ਗਰੀਬੀ ਹੈ ਸਹੀ ਅੱਲਾ ਦਾ ਜਨਾ ਨਬੀ ਅਗੇ ਵੱਲ ਵਜੋਂ ਮਾਂ ਮਰ ਗਈ ਹੈ ਉਸੇ ਨਾਨੇ ਦੇ ਗਾਲੀ ਚ ਬਈ ਪਾ ਗਿਆ ਤੇ ਨਾਨਾ ਤੇਰੇ ਦੁਰ ਵੱਜਣ ਦੇ ਬਾਅਦ ਮੇਰੀ ਮਾਂ ਸਾਡੇ ਤੈ ਖੰਡੇ ਦਰਬਾਰ ਚ ਖੜੀ ਰਹੀ ਹੈ ਅਗਲਾ ਮੈਣ ਕਰ ਗਿਆ ਤੇ ਨਾਨਾ ਤੇਰੇ ਹੱਥ ਲਿਖੇ ਸਨਾ ਤੇ ਫੁਰਜ ਕੀਤੇ ਨੇ ਅਗਲਾ ਮੈਣ ਕਰ ਗਿਆ ਤੇ ਨਾਨਾ ਜੇ ਦਰਵਾਜ਼ੇ ਤੇ ਰੁਕਦਾ ਮੈਂ ਉਸ ਦਰਵਾਜ਼ੇ ਨੂੰ ਅੱਗ ਲਈ ਹਾਂ ਉਹ ਚੱਲਦਾ ਹੋਇਆ ਦਰਵਾਜ਼ਾ ਮੇਰੀ ਮਾਂ ਦੇ ਪਾਸੇ ਤੇ ਆਇਆ ਹਾਂ
रो के बैठा देना ना जे हाथ को चुमने ना मेरे जरा एक जाले माज ना कौन फुलाई मेरी माँ दे हाथ तालिया ना मारा आवाज दिया ना ना तेरी गलसा में मेरी माँ सदिया दे ना दस भी नहीं पर मरहबा मरहबा अगला मेल कर गया दे ना ना दो जवादा में मदीना मेरे शहर तेरे शहर दे बीच तेरे उंगलियां मेरी माँ नो क्यों खाला के मारे तो है फिरा ना ने नाले कर कर के टोर बन भैजन अगे हसन है पीछे हुसैन है जी ना मैंने नाल मेरी कच्ची को भी आ रे दरवाजे दे दरवाजा बंद ना दे हसन आ दे अम्मा दरवाजा खोल में हसन आ वादा वाले अम्मा दरवाजा खोल में हुसैन आ दाई दिया वाला ये मेरा लाल पहले खाना खा सभी दिया वाल भैया दिया माँ आप इंसाफ ना लसा जिन्हा पुत्रा दिया बतूल दिया माँ मर बन्ये नो पुत्र खाना तो नहीं खाने दाई दिया वाल भैया दिया त्वरी माँ जब मना कर के गई है या करीब करबला कोट लिया लिया बांधा बांधा दीवार दी देख लगे रो रो के बैठा दे माँ वादा पिया करे ना इतने गरीब रोंदा रिये कफर मिलदा रिये हुसैन रोंदा रिये इनो रात ढलिये अली कफन दे बंद बथन लगे अली दी आवाज आदी हसन आमा दा चेहरा वे मैं तेरी माँ दी वसीयत मुताबिक ढलिया दे रात ले बदौल दा जनाजा जावणे हसन अली दी आवाज आदी हुसैन दे नहीं आवणा शबीर दी आवाज भैया दी बाबो फखर मरिया में मैं फखर ईसा इतने तक ना आसान इतने तक मन बुले सी हुसैन दैन मुखे लिया लिया बदौल दे कफन दे बाद खुले मादमियो ओ हद पासे तो ज्ञान मेरी पास तो नहीं उठा जख्मी हाथ बता गया दिया ओ मेरा गरीब बछड़ा तू जमेन कर गया दिया ओ मेरा भजदे थोड़े तो लाड़ा ना बछड़ा अल्लाह का है कोट लिया लिया हुसैन अकबर दे बाबे आके पास यदा दे गली जब ही बादिये ना अल्लाह दा अर्श ले जिब्रील अली दा मोंडा हले जिब्रील दिया लाल बयान दिए या अली अल्लाह भी याद है मेरे मरे का इबादत छोड़ दिए हुसैन को बाद मैया तो जुदा कर अली दिया लाल दिए हुसैन चल जल रो अल्लाह भी याद है मेरे मरे का इबादत छोड़ दिए बदूल दिया लाल बयान दिए हुसैन ही भी माद उधा मरहबा मरहबा रुकी वास्ते गया मैं थक नहीं गया मैं को बोल के जवाब रे माँ जो आंखें खांदी हिवी उधार भाई जन माँ उधार मंगा कदे हुसैन लहाया कदे बोलो कदा लहाए बहुर लुगमा वाले लिख दे शिया जमाला दे यार रात में हुसैन दा हाथ कटी बैठा पहले पहले नोर दिया मारी लथी हुसैन ना ना मिलना यही वादवाल ये बाबा अली मिलना ये वादवाल ये हसन फिरा मिलना ये जमाल दे लिया लिया मैं लाशां दे दरमियान चुभ गया चौथे नंबर दे नूर दिया मारी रथी ये काले बुरखे अली बीबी है देंदा हाथ पास दे वखरा हो के रोण शुरू की दे अली दी आवाज दिए बदौल तय नहीं आवना या अली हुसैन को गम्मा भैया दिया मेरे उधार ला लाव ले उधार लिया ले बगैर सर दे लाश उठिए सतारा कदम हुसैन मात दुर्दाया हुसैन कोई भी बथेंदाया कदिया रगा जवाल भैया दिए ताए आवन जाए
Yeah.